तेरा करना को जरूरी है आपस ही करना गना हो ना तो तू अपने हिस्से का करा के निकल जा है भी जरूरी है भी तू अगला तो बल्डन पाउना दिहाड़ी भी मैं गना तो भी कुछ और तो कुर्सी तो बैठ तन्नू कुर्सी इस करके देती ते तेनू भी 30 साल है तू इथे बंदर पावा मैं पता की तो काम कराने वास्ते है पता मैं तेरे को शेव करा लेना तू मेरे को साउंड से दो तीन गाने सुन ले लेकिन अगो तू बेशरम गल काम तेरे को करवाई देना पता की गल यकीन मान तेरा जेड़ा मूह है ना हां ये मूह ते नहीं लगदा लेकिन तू समझदार बंदा वा तू देख रहे आहो एदी मायोनीज़ मुक गई सी फिर मैं चपड़ी भरी आ तू ड्रामे का कुड़म हर गल च बोलना अपनी मायनी सन्नी है तेरे अंदर कोई दूध दही वाला बैठा है इन्ना तो खलारा हो जाए नहीं सोने जिंदगी सामभ के रखी है ना ते जोड़ी शह कम आउंदी है अच्छा यार 2023 आ गया वा आहो यार कोई खतरियां का नवा डिजाइन आया इस्तेमाल दा फैक्ट जेड़ा ना ओ बुरा हुंदा अच्छा अच्छा ओच हराम दे हलाल दे दा पता लगदा ही अच्छा 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 हां इहदे प्यो नूं भी नहीं सी आउंदा कुछ भी फिर प्यो दी हमाम मेरे आल भतीजा होया मैं गया आई यार बच्चा मुसलमान करी ਇਹਦੇ ਪਿਓ ਨੇ ਇੰਜ ਕਰਕੇ ਕਾਨਾ ਪਾਇਆ ਮੈਂ ਕਿਹਾ ਕਿ ਨਵਾਂ ਡਿਜ਼ਾਈਨ ਆਇਆ ਸਾਲੇ ਨੇ ਮੁੱਢੋ ਲਾਤੀ ਕਹਿੰਦਾ ਆ ਮੇਰਾ ਭਤੀਜਾ ਸਾਫ ਕਰਤਾ ਇਹ ਫਿਰ ਤੁਸੀਂ ਡਿਜ਼ਾਈਨ ਆਪਣੀ ਦਾਦੀ ਵਾਲਾ ਦਿਖਾਤਾ ਮੈਨੂੰ ਤੇਰਾ ਇਹਦੀ ਕੰਢੀ ਤੱਕ ਪਹੁੰਚਿਆ ਨਹੀਂ ਇਹ ਬਾਹਤ ਬੰਦਾ ਵਾ ਜਿਹਦਾ ਵਜ਼ੂ ਹੀ ਨਹੀਂ ਹੁੰਦਾ ਕਿਉਂ ਸਿਰ 'ਚ ਪਾਣੀ ਜਾਵੇ ਤੇ ਵਜ਼ੂ ਹੋਵੇ ਇਹ ਮਾੜੀ ਮੋਟੀ ਜਾਲੀ ਲੱਗੀ ਐਵੇਂ ਨਾ ਗੱਲਾਂ ਕਰੀ ਜਾਲੀ ਮਾੜੀ ਮੋਟੀ ਇੱਟ ਦੇ ਨਾਲ ਤਾਂ ਨਹੀਂ ਇਹਦਾ ਸਿਰ ਪਾੜਦਾ ਕਿਉਂ ਜੀ ਇਹ ਤਾਂ ਬਰਫ ਵਾਲਾ ਸੂਆ ਮਾਰਨਾ ਪੈਂਦਾ ਬੜੇ ਪੱਕੇ ਕੱਪੜੇ ਤੇ ਵਾਲ ਲਵਾਏ ਨੇ ਤੋਬਾ ਉਹ ਭਾਈ ਤੂੰ ਜੈਨਮਨ ਲਵਾ ਲਏ ਆ ਤੈਨੂੰ ਗੱਲਾਂ ਹੁੰਦੀਆਂ ਤੇਰੇ ਵੀ ਪਤਾ ਨਹੀਂ ਕਿਹੜੇ ਲਾਏ ਉਹਨਾਂ ਨੇ ਕੋਈ ਗਲਤ ਗੱਲ ਕਰੇ ਤੇ ਵਾਲ ਖਲੋ ਜਾਂਦੇ ਇਹਨੇ ਜਦੋਂ ਦੀ ਵਿਗ ਰੱਖੀ ਨਾ ਵਿਗ ਤੋਂ ਪਹਿਲੇ ਤਾਂ ਮਾੜੇ ਮੋਟੇ ਵਾਲ ਆ ਜਾਂਦੇ ਸੀਗੇ ਹਾਂ ਹੁਣ ਜਦੋਂ ਦੀ ਵਿਗ ਰੱਖੀ ਨਾ ਵਾਲ ਤੇ ਤਾਂ ਨੂੰ ਜਾਂਦੇ ਤੇ ਮੂੰਹ 'ਚ ਆ ਜਾਂਦੇ ਆ ਥੱਲੇ ਨੂੰ ਆਉਣ ਲੱਗ ਗਏ ਵਾਲ ਦੇ परेशान मैं तेनू अपना पूछ रहा वाके 5000 रुपये किलो वाल जो लवाए लवाए तू 70000 रुपया च ला देने अच्छा मेरे सारे वाल देख तां किन्ने किते विक जाणगे ਕੁਛ ਨਹੀਂ ਵੀਰੇ ਪਤੀਸਾ ਹੋਣਾ ਬਸ ਤੇ ਜੇ ਸਿਰਫ ਆਪਣੇ ਵਾਲ ਪਟਾਉਣੇ ਹੋਣ ਤੇ ਉਹਦਾ ਵੀ ਕੁਛ ਦੇਵੇਂਗਾ ਅੱਗੇ ਸ਼ਾਵਾ ਇੰਨੀਆਂ ਮਹਿੰਗੀਆਂ ਹੋਣ ਲੱਗੀਆਂ ਤੂੰ ਆਪੇ ਹੀ ਪੁੱਟ ਲੈਣੇ ਨਹੀਂ ਇੱਕ ਦੂਜੇ ਦਾ ਜੀ ਭਾਈ ਅੱਛਾ ਇਹਦੀ ਗੱਲ ਵਿੱਚ ਵਿੱਚ ਸੁਣੀ ਜਾਓ ਇੱਕ ਕੰਜਰ ਘੱਟ ਆ ਮਿਸ ਨਾ
ਨਾ ਕਰੋ ਪਤਾ ਨਹੀਂ ਕਿੱਡੇ ਤਲਕ ਨਾ ਆਇਆ ਵਿਚਾਰਾ ਅੱਜ ਅੱਛਾ ਵੇਗ ਵਾਲਾ ਬੰਦਾ ਤਾਂ ਸਿਰ ਤੋਂ ਵਾਲ ਚੁੱਕ ਕੇ ਜੂੰ ਫੜਦਾ ਹੋਣਾ ਹਨਾ ਆਹੋ ਇਹ ਤਾਂ ਵਿਚਾਰਾ ਸਟੇਟ ਲਾਈਫ ਦੀ ਬਿਲਡਿੰਗ ਨਹੀਂ ਹਾਂਜੀ ਉਹਦੇ ਕੋਲੋਂ ਦੀ ਨਹੀਂ ਲੰਘਦਾ ਜੋ ਜੀ ਕਹਿੰਦਾ ਮੈਨੂੰ ਤਾਂ ਨੂੰ ਦੇਖਣਾ ਪੈਣਾ ਮੇਰੀ ਵੇਗ ਡਿੱਗ ਜਾਣੀ ਇਹਦੀ ਜ਼ਿੰਦਗੀ ਤੇ ਲਾਂਤਾ ਇਹ ਗੱਲ ਤਾਂ ਬੰਦਾ ਹੈ ਲਾਂਤਾ ਕੰਜਰੋ ਪਰ ਇਹਨੂੰ ਮੂੰਹ ਕਰਕੇ ਭੌਂਗੀ ਜਾਂਦੇ ਮੈਂ ਤਾਂ ਕੁਝ ਕਹਿਣ ਨਹੀਂ ਆ ਮੈਂ ਦੁਕਾਨ ਤੇ ਬੈਠਾ ਰਹਿੰਦਾ ਕਿੱਦਾਂ ਕੁੱਤਿਆਂ ਦਾ ਪੈ ਜਾਂਦਾ ਇਹਦੀ ਨਾ ਵੇਗ ਢਿੱਲੀ ਹੋ ਗਈ ਤੇ ਕੰਧ 'ਚ ਟੱਕਰਾਂ ਮਾਰਨ ਲੱਗ ਪਿਆ ਬੰਦਾ ਕਹਿੰਦਾ ਕੀ ਆ ਕਹਿੰਦਾ ਮੇਰੇ ਵਾਲਾਂ ਦਾ ਮਸਲਾ ਉਹਨੇ ਫਿਰ ਫੜ ਕੇ ਟੱਕਰਾਂ ਮਰਵਾਈਆਂ ਉਹ ਟੱਕਰਾਂ ਕਿਤੇ ਐਵੇਂ ਮਰਵਾਈਆਂ ਇਹਨੇ ਵੀ ਤਾਂ 2-400 ਕਮਾਇਆ ਹੀ ਆ ਉਹਦੇ ਕੋਲੋਂ ਉਸ ਕਮਾਏ ਦਾ ਕੀ ਫਾਇਦਾ ਉਹਨੇ ਤੇ ਬਾਅਦ 'ਚ ਉੱਤੇ ਲੱਗ ਗਏ ਇਹਦੇ ਓਏ ਇੰਨੇ ਨਹੀਂ ਲੱਗਦੇ ਹੁਣ ਤਾਂ ਆਦੀ ਹੋ ਗਿਆ ਇਹ ਤਾਂ ਇੱਕ ਦੋ ਵਾਰੀ ਲੱਗੇ ਆ ਮੁੜ ਕੇ ਹੁਣ ਤਾਂ ਅਗਲੇ ਖੁਸ਼ੀ ਨਾਲ 50 ਵੱਧਦੇ ਜਾਂਦੇ ਆ ਨਹੀਂ ਖਤਨੇ ਕਰਾਉਣੇ ਕਿਹਦੇ ਆ ਹਾਂ ਕਿਹਦੇ ਕਰਾਉਣੇ ਖਤਨੇ ਅੱਬਾ ਜੀ ਕਰ ਲੈਂਦੇ ਅਜੇ ਵੀ ਮਾਸ਼ਾਅੱਲਾ ਯਾਰ ਮੇਰਾ ਨਾ ਤਾਇਆ ਜਿਹੜਾ ਸੀ ਨਾ ਛੋਟੀ ਜਿਹੀ ਉਮਰ 'ਚ ਮੁਲਕੋਂ ਬਾਹਰ ਚਲਾ ਗਿਆ ਅੱਛਾ ਉੱਥੇ ਰਿਵਾਜ ਨਹੀਂ ਸੀ ਹੁਣ ਉਹਦਾ ਟਾਈਮ ਸਾਰਾ ਇਦਾਂ ਹੀ ਨਿਕਲ ਗਿਆ ਹੁਣ ਕਿੰਨੀ ਉਮਰ ਆ ਉਹਦੀ ਹੁਣ ਉਹਦੀ 70 ਸਾਲ ਉਮਰ ਹੈ ਵਾ ਉਹਨੂੰ ਫਿਰ ਨਾ ਡਾਇਰੈਕਟ ਕਿਸੇ ਆਰੇ ਤੇ ਲੈ ਜਾ ਨਹੀਂ ਅਸੀਂ ਕਿਹੜਾ ਵੀ ਉਹਦਾ ਮੇਰਾ ਮਤਲਬ ਫਰਨੀਚਰ ਬਣਾਉਣਾ ਵਾ ਯਾਰ ਨਵਾਂ ਡਿਜ਼ਾਈਨ ਕਿਹੜਾ ਹੁੰਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਤੂੰ ਨਾਈ ਹੈ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਕਰਕੇ ਕਲੀਅਰ ਕਰ ਤੁਹਾਡੇ ਵੱਲ ਕੋਈ ਨਵਾਂ ਡਿਜ਼ਾਈਨ ਚੱਲਿਆ ਹਾਂ ਆ ਵੇਗ ਲਾ ਕੇ ਦਿਖਾ ਦੇ ਇਦਾਂ ਦਾ ਕਿਹੜਾ ਚੱਲਿਆ ਪਰ ਪਰੇ ਮੂੰਹ ਕਰ ਸਾਲੇ ਹੋ ਗਈ ਸ਼ੇਵ ਯਾਰ ਪਾਣੀ ਹੈ ਨਹੀਂ ਕਵੇਂ ਤੇ ਮੂੰਹ ਤੇ ਥੁੱਕ ਕੇ ਸਾਫ ਕਰਦੇ ਆ ਤੇਰੇ ਮੂੰਹ 'ਚ ਥੁੱਕ ਹੈਗਾ ਵਾ ਆਹੋ ਤੇ ਤੇਰੇ ਕੋਲ ਕਿਤੇ ਹੋਰ ਲਵਾ ਲੈਨੇ ਪਾਗਲ ਹੋਇਆ ਉੱਥੇ ਹੁਣ ਤੁਮ ਓਏ ਉੱਥੇ ਕਿੱਥੇ ਦੁੱਖ ਲੱਗਦਾ ਓਏ ਗੱਲ ਹੈ ਕਿ ਤੇਰੀ ਆਸਾਨੀ ਵਾਸਤੇ ਲਾਉਣਾ ਮੈਂ ਇਹਦੇ ਚ ਤੇਰਾ ਹੀ ਫਾਇਦਾ ਵਾ ਤੇਰਾ ਪਾਣੀ ਬਚ ਜਾਣਾ ਹਾਂ ਉਹ ਨਹੀਂ ਪਾਗਲਾ ਥੁੱਕ ਲਾ ਕੇ ਸਗੋਂ ਇੱਧਰ ਉੱਧਰ ਜਾਂਦਾ ਰਹਿਣਾ ਸਰ ਓਏ ਇੱਧਰ ਉੱਧਰ ਕਦੋਂ ਤੂੰ ਤਾਂ ਹੁਣ ਨਿਸ਼ਾਨ ਲਾਏ ਹੋਣੇ ਮਾਰ ਕਰਨਾ ਵੀ ਇੱਧਰ ਨੂੰ ਜਾਊਗਾ ਪਾਗਲ ਇਹਦੇ ਕੋਲ ਵੀ ਬਾਣੀ ਕਰਾ ਲਈ ਆ ਜਾ ਹੁਣ ਮੇਰੇ ਕੋਲ ਤੈਨੂੰ ਫਿਲਮ ਭਰ ਦਿੰਦੇ ਆ ਕੋਈ ਚੰਗੀ ਜੀ ਆਹੋ ਇੱਧਰ ਆ ਜਾ ਤੇਰੇ ਅੰਦਰ ਮੇਲਾ ਲੱਗਾ ਚੁੱਪ ਕਰ ਪਹਿਲੇ ਚੁੱਪ ਕਰਕੇ ਮੇਰੀ ਗੱਲ ਦੱਸ ਮੈਂ ਮੈਨੂੰ ਕਿੱਥੇ ਗਿਆ ਸੀ ਤੂੰ 8 ਦਿਨ ਹੋ ਗਏ ਤੈਨੂੰ ਲੱਭਣ ਡਿਆ ਮੇਰਾ 5,000 ਰੁਪਇਆ ਕਿਉਂ ਦੇਣ ਡਿਆ ਉਹ ਦੇ ਦਾਂਗੇ 5,000 ਰੁਪਇਆ ਵੀ ਉਹ ਦੇ ਦੇ ਤੂੰ ਚਲ ਚਲ ਕਰ ਰਿਹਾ ਨਾ ਵਕਤ ਆ ਜਾਣਾ ਮੈਂ ਅਮੀਰ ਹੋ ਜਾਣਾ ਜਦੋਂ ਤੱਕ ਤੂੰ ਮੇਰਾ 5 ਨਹੀਂ ਨਾ ਦਿੰਦਾ ਤੂੰ ਨਹੀਂ ਹੋ ਸਕਦਾ ਅਮੀਰ ਬੰਦੇ ਨੂੰ ਦੇਣੇ ਲੈਣੇ ਲਾਉਣੇ ਪੈਂਦੇ ਉਹ ਤਾਂ ਲਾਉਣ ਨਹੀਂ ਡਿਆ ਓਏ ਮੈਂ ਸੋਚ ਰਿਹਾ ਕਿ ਤੁਹਾਨੂੰ 50,000 ਰੁਪਇਆ ਦਵਾ ਲਿਆ ਮੈਂ 50,000 ਰੁਪਇਆ ਹਾਂ 50,000 ਉਹ ਕਿੱਥੋਂ ਇੱਕ ਐਨਜੀਓ ਬਣੀ ਹੈ ਆਹੋ ਹੈ ਉਹਦੀ ਇੱਕ ਸਰਬੜਾ ਕੁੜੀ ਹੈ ਉਹ ਦਿੰਦੀ ਹੈ ਪੈਸੇ ਉਹ 5 ਦਿੰਦੀ ਹੈ 50,000 ਦਿੰਦੀ ਹੈ ਤੇ ਤੂੰ ਉਹਦੇ ਕੋਲ 5 ਫੜ ਕੇ ਮੈਨੂੰ ਤਾਂ ਦੇ ਨਹੀਂ ਉਹ ਜਿਹੜੀ ਕੁੜੀ ਪੈਸੇ ਦਿੰਦੀ ਆ ਹਾਂ ਉਹ ਜਿਹੜੀ ਐਨਜੀਓ ਆ ਹਾਂ ਉਹ ਪੈਸੇ ਇੱਕ ਐਨਜੀਓ ਦਿੰਦੀ ਆ ਉਹ ਐਨਜੀਓ ਪੈਸੇ ਐਨਜੀਓ ਦਿੰਦੀ ਆ ਐਨਜੀਓ ਦਾ ਉਹਦੇ ਕੋਲ ਆਪਣੇ ਪੈਸੇ ਬਹੁਤ ਇਕੱਠੇ ਕਰ ਲੈਂਦਾ ਮੇਰੀ ਗੱਲ ਸੁਣ ਯਾਰ ਸਾਨੂੰ ਪੈਸੇ ਲੈ ਕੇ ਦੇ ਦੁਕਾਨ 'ਚ ਮਾਲ ਪਾਉਣਾ ਤੇਰੀ ਮੇਰੀ ਹਾਂ ਇਹ ਹੈ ਨਾ ਗੱਲ ਮਸਲਾ ਇਹ ਹੈ ਕਿ 50,000 ਲੈਣ ਵਾਸਤੇ ਇਹ ਤੁਹਾਨੂੰ 2,000 ਰੁਪਏ ਲਾਉਣਾ ਪੈਣਾ 2,000 ਲਾਉਣਾ ਪੈਣਾ ਹਾਂ ਇਹਨਾਂ ਨੇ 2-2 ਲਾਉਣਾ ਮੇਰਾ ਤਾਂ 7 ਲੱਗ ਜਾਣਾ ਓਏ ਉਹ 5,000 ਨੂੰ ਤੂੰ ਰੱਖ ਸਾਈਡ ਤੇ ਮੈਂ ਸਾਈਡ ਤੇ ਕਿੱਦਾਂ ਰੱਖਾਂ ਮੇਰੇ ਕੋਲ ਜਿਹੜਾ ਸਾਈਡ ਤੇ ਰੱਖਿਆ ਸੀ ਮੈਨੂੰ ਉਹ ਤੂੰ ਲੈ ਗਿਆ ਯਾਰ ਜਦੋਂ ਤੁਹਾਨੂੰ 50,000 ਦਾ ਹੋਗਾ ਤੇ ਮੈਨੂੰ ਤਾਂ ਲੱਭਣਾ ਹੈ ਨਾ ਮੈਂ ਦੇ ਦਾਂਗਾ 5,000 ਤੇ ਮਿਲੇ 10 ਵੀ 2-2,000 ਲੱਗਣਾ ਕਰਦੇ ਆ ਉਹ 2-2,000 ਸ਼ਨਾਤੀ ਕਾਰਡ ਲੱਗਣੇ ਨੇ ਤੁਹਾਡੇ ਸਟਾਮ ਲੱਗਣੇ ਨੇ ਹੈਂਜੀ ਆਪਣਾ ਫੋਟੋ ਕਾਪੀਆਂ ਲੱਗਣੀਆਂ ਨੇ ਉਹ ਬੜਾ ਕੰਮ ਆ ਦੇਖ ਲਓ ਦਿਲ ਕਰਦਾ 2-2,000 ਰੁਪਇਆ ਦੇ ਦੇ ਤੂੰ 5,000 ਲੈਣਾ ਆਹੋ ਆ ਵੀ 6 ਤੂੰ ਦੇ ਦੇ ਤੂੰ ਵੀ ਮੈਂ ਤੇ ਕੋਈ 11 ਲੈਣਾ ਮੇਰੇ ਕੋਲ ਤਾਂ 5 ਦਾ ਹੀ ਹੈ ਰੱਖਣੀ ਮੁਕੁੰਡੇ ਹੈ ਉਹ ਤਾਂ 11 ਤਾਂ ਵੈਸੇ ਮੈਨੂੰ ਦੰਦਲ ਪਾ ਦੇਣੀ ਉਹ ਪਾਗਲਾ ਤੈਨੂੰ 11 ਦੇ ਵਿੱਚ ਅਟੈਕ ਹੋਏਗਾ ਤੇ ਤੇਰੇ 11 ਨੇ ਕਿਹੜੇ ਟਾਈਮ ਕੰਮ ਆਉਣਾ ਤੈਨੂੰ ਚੁੱਕ ਕੇ ਲੈ ਕੇ ਜਾਣਗੇ ਉਹ ਯਾਰ ਤੁਹਾਡਾ ਦਿਲ ਕਰਦਾ ਨਹੀਂ 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 ਨਹੀਂ